ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਬਹੁ ਰੰਗ ਸਾਹਿਬ ਬੋਲਣਾ ਪਿਆ, ਮਿੱਲਾ ਟਰੈਕਟਰ ਲਾਹੌਰ ਤੋਂ, ਮੁਹੰਮਦ ਅਨਵਰ ਟਰੈਕਟਰ ਪੇਂਟ। ਇਹ ਗੱਡੀ ਨੂੰ ਲੈਕਰ ਮਾਰਨ ਆਏ ਹਾਂ। ਇਹ ਗੱਡੀ ਚੈੱਕ ਕਰੋ, 2024 ਮਾਡਲ ਗੱਡੀ ਹੈ, ਅਤੇ ਖੁੰਡੇ ਮੋੜ 'ਤੇ ਆਏ ਹਾਂ, ਖੁੰਡੇ ਮੋੜ 'ਤੇ ਉੱਥੇ ਰੰਗ ਕਰਨ ਆਏ ਹਾਂ। ਇਹ ਲੈਂਕਾਂ ਦੇ ਕੋਲ ਬਹਿ ਕੇ ਕੈਮਰਾ ਤਾਂ ਮਾਰੇ, ਤੁਹਾਨੂੰ ਸਾਰਾ ਵਹਾਉਣ ਲੱਗਾ। ਚੈੱਕ ਕਰੋ, ਕਿਤੇ ਕੋਈ ਲੀਕ ਹੋਵੇ ਜਾਂ ਕੋਈ ਮੱਖੀ ਚਿੰਨਾ ਦਾਗ ਹੋਵੇ ਲੈਂਕਾਂ ਦੇ ਉੱਤੇ, ਹੁੰਦਾ ਨਾ ਕੋਈ ਚੜੇਪੜੀ ਲੱਥੀ ਹੋਵੇ ਅਤੇ ਇੰਜ ਤੇ ਆਵੇ, ਹਰ ਸ਼ਾਇ ਵੇਲਾ ਇੱਕੋ ਜਿਹੀ ਕਿਸੇ ਦੀ। ਜ਼ੀਰੋ 306-44-27-833 ਬਹੁ ਰੰਗ ਸਾਹਿਬ ਮਿੱਲਾ ਟਰੈਕਟਰ ਲਾਹੌਰ ਤੋਂ, ਮੁਹੰਮਦ ਅਨਵਰ ਟਰੈਕਟਰ ਪੇਂਟ ਦਾ ਯੂਟਿਊਬ ਚੈਨਲ ਬਣਿਆ। ਕਿਸੇ ਦੋਸਤ ਨੇ ਮੇਰਾ ਕੰਮ ਚੈੱਕ ਕਰਨਾ ਹੋਵੇ, ਪਰ ਗੱਡੀਆਂ ਜਿਹੜੀਆਂ ਰੰਗ ਕੀਤੀਆਂ ਨੇ ਉਹ ਚੈੱਕ ਕਰਨੀਆਂ, ਮੁਹੰਮਦ ਅਨਵਰ ਟਰੈਕਟਰ ਪੇਂਟ ਯੂਟਿਊਬ ਨੂੰ ਸਬਸਕ੍ਰਾਈਬ ਕਰੇ, ਸਕੂਨ ਨਾਲ ਬਹਿ ਕੇ ਪਹਿਲਾਂ ਤਸੱਲੀ ਨਾਲ ਆਪਣਾ ਕੰਮ ਚੈੱਕ ਕਰੇ, ਕੰਮ ਚੈੱਕ ਕਰਕੇ ਜਦੋਂ ਦਿਲ ਨੂੰ ਤਸੱਲੀ ਹੋਵੇ ਤਾਂ ਫਿਰ ਮੈਨੂੰ ਫੋਨ ਕਰੇ। ਠੀਕ ਹੋ ਗਿਆ? ਦੋਸਤ ਦੇ ਮੈਂ ਤੁਹਾਨੂੰ ਨਾਲ ਜਿਹਦੀ ਗੱਡੀ ਕਰਨ ਆਇਆ ਵਾ ਨਾ, ਉਹ ਦੋਸਤ ਦੇ ਨਾਲ ਵਹਾਨਾ, ਨਾਲੇ ਉਹਦੀ ਸ਼ਕਲ ਤੁਹਾਨੂੰ ਵਹਾਨਾ ਜਿਹਨਾਂ ਲੈਕਰ ਮਰਵਾਇਆ। ਹਾਂ, ਚੈੱਕ ਕਰੋ, ਇਹ ਬੰਦਾ ਜਿਹੜਾ ਨਾ ਬੜਾ ਬੀਬਾ ਬੰਦਾ, ਆਉਂਦਿਆਂ ਨੇ ਸੇਵਾ ਆਪਣੀ ਕੀਤੀ ਅਤੇ ਪੂਰੀ ਮਹਿਮਾਨ ਅੱਗੋਂ ਬੰਦੇ ਨੂੰ ਵੀ ਘੱਲਿਆ, ਇਹਨੇ ਲੈ ਕੇ ਆਇਆ, ਬੰਦੇ ਨੇ ਉੱਥੇ ਖਿਲਾਰ ਕੇ ਫਿਰ ਸੋਹਣਾ ਜੂਸ ਜਾਸ ਪਿਆ ਕੇ ਅਤੇ ਫਿਰ ਟੋਰਿਆ। ਕੀ ਨਾਮ ਵੀਰ ਹੈ ਤੁਹਾਡਾ? ਮੇਰਾ ਨਾਮ ਜੀ ਰਾਣਾ ਰਜ਼ਵਾਨ ਹੈ ਜੀ। ਕੰਮ ਵੀਰੇ ਕੀਤਾ ਤੇ ਕੈਸਾ ਲੱਗਾ ਕੰਮ? ਕੰਮ ਮਾਸ਼ਾਅੱਲਾ ਯਾਰ, ਬੜਾ ਫਸਟ ਕਲਾਸ ਕੀਤਾ ਤੂੰ। ਇਹ ਕਿੰਨਾ ਦਿਨਾਂ ਦੇ ਮਗਰ ਲੱਗੇ ਜੀ? ਮੈਂ ਕਿਹਾ 2 ਹਫ਼ਤੇ ਦੇ ਲੱਗੇ ਯਾਰ ਮਗਰ, ਅੱਜ ਫੜਿਆ ਗਿਆ। ਅੱਜ ਫੜਿਆ ਗਿਆ ਭਾਈ ਅਨਵਰ, ਮੈਂ ਕਿਹਾ ਜੀ ਸਾਨੂੰ ਟਾਈਮ ਦੇ, ਟਰੈਕਟਰ ਫੜਨ ਵਾੜਨਾ ਯਾਰ ਬੜੀ ਲੇਟ ਹੋ ਰਿਹਾ। ਅੱਛਾ ਜੀ, ਅੱਜ ਤੂੰ ਮਸਾ ਟਾਈਮ ਦਿੱਤਾ ਯਾਰ। ਹੋਰ ਭਾਅ ਜੀ, ਕੰਮ ਸ਼ਮ ਠੀਕ ਹੈ? ਕੰਮ ਮੈਂ ਕਿਹਾ ਜ਼ਬਰਦਸਤ ਕਰਦਾ ਤੂੰ। ਚਲੋ ਜੀ, ਓਕੇ ਜੀ, ਰੱਬ ਰੱਖਾ। ਹੈ ਵੇਖੋ, ਇਹਦੀ ਗੱਡੀ ਹੈ 2024 ਮਾਡਲ ਗੱਡੀ ਆਈ ਜੀ, ਇਹਨੇ ਵਾਹੀ ਵੂਹੀ ਕੋਈ ਨਹੀਂ ਹੈਗੀ ਗੱਡੀ, ਉਵੇਂ ਖਲੀ ਰਹੀ ਹੈ ਅਤੇ ਲੈਕਰ ਮਾਰਿਆ, ਕਿਉਂਕਿ ਵਗੀ ਹੋਵੇ ਨਾ ਤਾਂ ਫਿਰ ਉਹਦੇ ਉੱਤੇ ਰੰਗ ਰੁੰਗ ਲੱਥਾ ਜਿਹੜਾ ਨਾ ਦੇਸ ਪੈਂਦਾ, ਖਾਸ ਕਰਕੇ ਆਹ ਗੋਡਿਆਂ ਤੋਂ। ਇਹ ਗੋਡੇ ਦੱਸ ਦਿੰਦੇ ਨੇ ਵੀ ਮੈਂ ਰੰਗ ਲੱਥਾ ਹੈਗਾ, ਕਿਉਂ ਗੱਡੀ ਹਾਲੇ 0 ਮੀਟਰ ਖੜੀ। ਇਹ ਗੱਡੀ ਅਤੇ ਇਹ ਜਿਹੜਾ ਮੈਂ ਬੰਦਾ ਅੱਗੇ ਤੁਹਾਨੂੰ ਆਇਆ ਨਹੀਂ ਸੀ, ਜਿਹਦੇ ਨਾਲ ਇਹ ਹੁੰਦਾ ਭਾਈ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਵਾਲੇਕੁਮ ਸਲਾਮ, ਠੀਕ ਠਾਕ ਹੋ? ਹੋਰ ਸੁਣਾਓ, ਕੀ ਨਾਮ ਵੀਰ ਦਾ? ਇਸਲਾਮ। ਸਲਾਮ, ਅਤੇ ਗੱਡੀ ਦਾ ਕੰਮ ਕੈਸਾ ਲੱਗਾ ਵੀਰੇ? ਬੜਾ ਅੱਛਾ ਲੱਗਾ। ਕੰਮ ਦੇ ਵਿੱਚ ਕੋਈ ਨੁਕਸ ਤਾਂ ਨਹੀਂ ਹੈਗਾ? ਨਹੀਂ, ਬਿਲਕੁਲ ਕਿਸੇ ਕਿਸਮ ਦਾ ਨਹੀਂ। ਨਹੀਂ, ਹੋਰ ਕੋਈ ਕਹਿਣਾ, ਕੀ ਕਹਿਣਾ ਚਾਹੁੰਦੇ ਜੇ ਕੋਈ ਤੁਹਾਡੇ ਬਾਰੇ ਕਿਸੇ? ਕਿ ਇਹਨੂੰ ਲੈਕ ਕਰੋ, ਇਹਦੇ ਤੋਂ ਕੰਮ ਕਰਵਾਓ, ਬਹੁਤ ਅੱਛਾ ਇਹ ਕੰਮ ਕਰਦਾ। ਠੀਕ ਹੋ ਗਿਆ, ਠੀਕ ਹੈ, ਮਿਹਰਬਾਨੀ। ਲੈਕ ਕਰੋ, ਨਹੀਂ ਸਹੀ ਹੈ ਕਿ ਇਹਨੂੰ ਲਾਈਕ ਕਰੋ ਤਾਂ ਸਹੀ ਹੈ। ਵੇਖੋ, ਮੈਨੂੰ ਪਹਿਲਾਂ ਬਣਾ ਤਾਂ ਲੈਂਦੇ ਹੋ? 0306-44-27-833 ਬਹੁ ਰੰਗ ਸਾਹਿਬ ਮਿੱਲਾ ਟਰੈਕਟਰ ਲਾਹੌਰ ਤੋਂ, ਮੁਹੰਮਦ ਅਨਵਰ ਟਰੈਕਟਰ ਪੇਂਟ। ਇਹ ਮੁਹੰਮਦ ਅਨਵਰ ਟਰੈਕਟਰ ਪੇਂਟ ਦਾ ਯੂਟਿਊਬ ਚੈਨਲ ਬਣਿਆ। ਠੀਕ ਹੋ ਗਿਆ? ਦੂਸਰੀ ਗੱਲ ਹੈ ਵੇਖ, ਇਹ ਇਹਦਾ ਤਰੇਕਾਂ ਵਾਲਾ ਡੇਰਾ ਡੰਡਾ। ਕਿਉਂਕਿ ਡੇਰਾ ਉਹ ਹੀ ਹੁੰਦਾ ਜਿੱਥੇ ਕੋਈ 4 ਮੰਜੇ ਡੱਠੇ ਹੋਣ।
ਆਲੇ ਦੁਆਲੇ ਇਹਦੀ ਪੈਲੀ ਹੈ। ਇਹ ਮੁੰਡੇ ਵਿੱਚ ਹੀ ਰਿਮੋਟ ਤੇ ਨਾਲ ਧੋਂਦੇ ਫਿਰਦੇ ਨੇ ਵੇ। ਆਹ ਮੁੰਡੇ ਦਾ ਧਿਆਨ ਨਹੀਂ ਕਰਾਉਂਦੇ ਹੈਗੇ, ਪਤਾ ਨਹੀਂ ਇਹ ਪਤਾ ਲੁੱਕ ਲੁੱਕ ਰਹਿੰਦੇ, ਇਹਦੇ ਦੁਆਲੇ ਹੋਏ ਨੇ ਸਾਰੇ ਜਣੇ ਕੀ ਆਉਂਦੇ ਨੇ। ਓਕੇ ਰੱਬ ਰਾਖਾ ਦੋਸਤੋ, ਮਿਹਰਬਾਨੀ।